ਨਗਰ ਨਿਗਮ ਕਮਿਸ਼ਨਰ ਜੀ ਦੇ ਹੁਕਮਾਂ ਦੇ ਮੁਤਾਬਕ ਕੀਤੀ ਗਈ ਹੈ ਜੀ। ਝਾੜੀ ਸਿੰਘ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੀ ਕਾਰਵਾਈ ਕੀਤੀ ਗਈ ਤਾਂ ਕਿ ਜਿਹੜੇ ਲੋਕ ਆਪਣਾ ਸਮਾਨ ਅੰਦਰ ਰੱਖਣ। ਅੱਜ ਇਹਨਾਂ ਨੂੰ ਸਿਰਫ ਵਾਰਨਿੰਗ ਦਿੱਤੀ ਹੈ ਵੀ ਆਪਣਾ ਆਪਣਾ ਸਮਾਨ ਅੰਦਰ ਰੱਖੋ, ਜੇਕਰ ਨਹੀਂ ਕਰਦੇ ਉਸ ਤੋਂ ਬਾਅਦ ਜਿਹੜਾ ਸਮਾਨ ਆ ਪੱਕੇ ਤੌਰ 'ਤੇ ਜ਼ਬਤ ਕੀਤਾ ਜਾਏਗਾ। ਸਰ ਕਈ ਵਾਰ ਇਸ ਚੀਜ਼ ਦੇ ਉੱਤੇ ਤੁਸੀਂ ਕਾਰਵਾਈ ਕਰ ਚੁੱਕੇ ਹੋ, ਲੇਕਿਨ ਤੁਸੀਂ ਤੁਹਾਡੀ ਟੀਮ ਵਾਪਸ ਜਾਂਦੀ ਹੈ ਔਰ ਕੁਛ ਹੀ ਸਮੇਂ ਬਾਅਦ ਜਾਂ ਅੱਧੇ ਘੰਟੇ ਬਾਅਦ ਜਾਂ ਘੰਟੇ ਬਾਅਦ ਸਮਾਨ ਦੁਬਾਰਾ ਜਿਹੜਾ ਸੜਕਾਂ 'ਤੇ ਆ ਜਾਂਦਾ। ਇਹ ਜਿਹੜੀ ਸਾਡੀ ਕਾਰਵਾਈ ਨਾ ਹੁਣ ਜਿਹੜੀ ਹੈ ਲਗਾਤਾਰ ਤੋਂ ਚੱਲਦੀ ਰਹਿਣੀ ਹੈ, ਸਾਡਾ ਤਕਰੀਬਨ ਰੋਜ਼ ਹੀ ਗੇੜਾ ਲੱਗਣਾ। ਜਿਹੜਾ ਨਹੀਂ ਹਟੇਗਾ ਫਿਰ ਉਹ ਆਪਣੇ ਆਪ ਜ਼ਿੰਮੇਵਾਰ ਹੋਊਗਾ। ਸਰ ਕਿੰਨਾ ਜੁਰਮਾਨਾ ਕੀਤਾ ਜਾਏਗਾ ਅਗਰ ਨਹੀਂ ਕਿਸੇ ਵੀ ਦੁਕਾਨ 'ਤੇ? ਸਾਡਾ ਵੈਸੇ ਰੋਜ਼ ਦਾ ਕੰਮ ਹੈ ਤਾਂ ਆਪਣੀ ਕਾਰਵਾਈ ਸਾਡੀ ਲਗਾਤਾਰ ਚੱਲਦੀ ਰਹੇ। ਨਹੀਂ ਜੁਰਮਾਨਾ ਕਿੰਨਾ ਕੁ ਕੀਤਾ ਜਾਂਦਾ ਦੁਕਾਨ ਦਾ? ਸਾਡੀ ਜੁਰਮਾਨਾ ਜਦੋਂ ਨਹੀਂ ਹਟਦੇ ਉਸ ਤੋਂ ਬਾਅਦ ਜਦੋਂ ਬਾਅਦ ਦੀ ਗੱਲ ਆ, ਫਿਲਹਾਲ ਤਾਂ ਜੁਰਮਾਨਾ ਉਹਦੇ ਮੁਤਾਬਕ ਹੁੰਦਾ ਵਾ ਵੀ ਇੱਕ ਵਾਰੀ ਵਾਰਨਿੰਗ, ਦੋ ਵਾਰੀ ਵਾਰਨਿੰਗ, ਤਿੰਨ ਵਾਰੀ ਵਾਰਨਿੰਗ, ਉਸ ਤੋਂ ਬਾਅਦ ਫਿਰ ਦੇਖਿਆ ਜਾਂਦਾ ਵੀ ਜਿਹੜਾ ਨਹੀਂ ਹਟਦਾ। ਤੁਸੀਂ ਕਾਰਵਾਈ ਕਰ ਰਹੇ ਦੁਕਾਨਦਾਰਾਂ ਵੱਲੋਂ ਕੋਈ ਝੜਪ ਕੀਤੀ ਜਾ ਰਹੀ ਕੀ ਹੈ ਕਿ ਉਹ? ਹਾਂ ਚਲੋ, ਝੜਪ ਦੀ ਤਾਂ ਕੋਈ ਐਡੀ ਗੱਲ ਨਹੀਂ ਸੀ, ਜਦੋਂ ਪਿੱਛੇ ਕਰਵਾ ਰਹੇ ਹੁੰਦੇ ਤਾਂ ਉਹ ਮਾੜਾ ਮੋਟਾ ਹੁੰਦਾ ਹੀ ਅਗਲੇ ਨੂੰ, ਹੋਰ ਕੋਈ ਝੜਪ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਝੜਪ ਸਰ ਕੀ ਨਾਮ ਆ? ਮੇਰਾ ਨਾਮ ਕੁਲਭੂਸ਼ਣ ਸੋਂਦੀ ਹੈ। ਲਗਾਤਾਰ ਇਸ ਰੋਡ ਦੇ ਉੱਤੇ ਰੋਜ਼ ਗੇੜਾ ਲੱਗੇ? ਹਾਂ ਤਕਰੀਬਨ ਰੋਜ਼। ਸਰ ਚਲਾਨ ਵੀ ਕੱਟੇ ਅੱਜ ਕੋਈ? ਨਹੀਂ ਚਲਾਨ ਨਹੀਂ ਕੱਟੇ, ਅੱਜ ਸਿਰਫ ਵਾਰਨਿੰਗ ਦਿੱਤੀ। ਠੀਕ, ਕੋਈ ਵੀ ਕਮੀ ਵਗੈਰਾ ਕੁਝ ਨਹੀਂ, ਕੋਈ ਟੇਬਲ ਸਟੋਲ ਕੁਝ ਵੀ ਬਾਹਰ ਨਾ ਆਵੇ, ਉਹ ਦੁਕਾਨਦਾਰ ਦੇ ਕਾਰਵਾਈ ਹੋਊਗੀ। ਮਾਨਯੋਗ ਨਗਰ ਨਿਗਮ ਕਮਿਸ਼ਨਰ ਜੀ ਦੇ ਹੁਕਮਾਂ ਦੇ ਮੁਤਾਬਕ ਕੀਤੀ ਗਈ ਹੈ ਜੀ। ਝਾੜੀ ਸਿੰਘ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੀ ਕਾਰਵਾਈ ਕੀਤੀ ਗਈ ਤਾਂ ਕਿ ਜਿਹੜੇ ਲੋਕ ਆਪਣਾ ਸਮਾਨ ਅੰਦਰ ਰੱਖਣ। ਅੱਜ ਇਹਨਾਂ ਨੂੰ ਸਿਰਫ ਵਾਰਨਿੰਗ ਦਿੱਤੀ ਹੈ ਆਪਣਾ ਆਪਣਾ ਸਮਾਨ ਅੰਦਰ ਰੱਖੋ, ਜੇਕਰ ਨਹੀਂ ਕਰਦੇ ਉਸ ਤੋਂ ਬਾਅਦ ਜਿਹੜਾ ਸਮਾਨ ਆ ਪੱਕੇ ਤੌਰ 'ਤੇ ਜ਼ਬਤ ਕੀਤਾ ਜਾਏਗਾ। ਸਰ ਕਈ ਵਾਰ ਇਸ ਚੀਜ਼ ਦੇ ਉੱਤੇ ਤੁਸੀਂ ਕਾਰਵਾਈ ਕਰ ਚੁੱਕੇ ਹੋ, ਲੇਕਿਨ ਤੁਸੀਂ ਤੁਹਾਡੀ ਟੀਮ ਵਾਪਸ ਜਾਂਦੀ ਹੈ ਔਰ ਕੁਛ ਹੀ ਸਮੇਂ ਬਾਅਦ ਜਾਂ ਅੱਧੇ ਘੰਟੇ ਬਾਅਦ ਜਾਂ ਘੰਟੇ ਬਾਅਦ ਸਮਾਨ ਦੁਬਾਰਾ ਜਿਹੜਾ ਸੜਕਾਂ 'ਤੇ ਆ ਜਾਂਦਾ। ਇਹ ਜਿਹੜੀ ਸਾਡੀ ਕਾਰਵਾਈ ਨਾ ਹੁਣ ਜਿਹੜੀ ਹੈ ਲਗਾਤਾਰ ਤੋਂ ਚੱਲਦੀ ਰਹਿਣੀ ਹੈ, ਸਾਡਾ ਤਕਰੀਬਨ ਰੋਜ਼ ਹੀ ਗੇੜਾ ਲੱਗਣਾ। ਜਿਹੜਾ ਨਹੀਂ ਹਟੇਗਾ ਫਿਰ ਉਹ ਆਪਣੇ ਆਪ ਜ਼ਿੰਮੇਵਾਰ ਹੋਊਗਾ। ਸਰ ਕਿੰਨਾ ਜੁਰਮਾਨਾ ਕੀਤਾ ਜਾਏਗਾ ਅਗਰ ਨਹੀਂ ਕਿਸੇ ਵੀ ਦੁਕਾਨ 'ਤੇ? ਸਾਡਾ ਵੈਸੇ ਰੋਜ਼ ਦਾ ਕੰਮ ਹੈ ਤਾਂ ਆਪਣੀ ਕਾਰਵਾਈ ਸਾਡੀ ਲਗਾਤਾਰ ਚੱਲਦੀ ਰਹੇ। ਨਹੀਂ ਜੁਰਮਾਨਾ ਕਿੰਨਾ ਕੁ ਕੀਤਾ ਜਾਂਦਾ ਦੁਕਾਨ ਦਾ? ਸਾਡੀ ਜੁਰਮਾਨਾ ਜਦੋਂ ਨਹੀਂ ਹਟਦੇ ਉਸ ਤੋਂ ਬਾਅਦ ਜਦੋਂ ਬਾਅਦ ਦੀ ਗੱਲ ਆ, ਫਿਲਹਾਲ ਤਾਂ ਜੁਰਮਾਨਾ ਉਹਦੇ ਮੁਤਾਬਕ ਹੁੰਦਾ ਵਾ ਵੀ ਇੱਕ ਵਾਰੀ ਵਾਰਨਿੰਗ, ਦੋ ਵਾਰੀ ਵਾਰਨਿੰਗ, ਤਿੰਨ ਵਾਰੀ ਵਾਰਨਿੰਗ, ਉਸ ਤੋਂ ਬਾਅਦ ਫਿਰ ਦੇਖਿਆ ਜਾਂਦਾ ਵੀ ਜਿਹੜਾ ਨਹੀਂ ਹਟਦਾ। ਤੁਸੀਂ ਕਾਰਵਾਈ ਕਰ ਰਹੇ ਦੁਕਾਨਦਾਰਾਂ ਵੱਲੋਂ ਕੋਈ ਝੜਪ ਕੀਤੀ ਜਾ ਰਹੀ ਕੀ ਹੈ ਕਿ ਉਹ? ਹਾਂ ਚਲੋ, ਝੜਪ ਦੀ ਤਾਂ ਕੋਈ ਐਡੀ ਗੱਲ ਨਹੀਂ ਸੀ, ਜਦੋਂ ਪਿੱਛੇ ਕਰਵਾ ਰਹੇ ਹੁੰਦੇ ਤਾਂ ਉਹ ਮਾੜਾ ਮੋਟਾ ਹੁੰਦਾ ਹੀ ਅਗਲੇ ਨੂੰ, ਹੋਰ ਕੋਈ ਝੜਪ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਝੜਪ ਸਰ ਕੀ ਨਾਮ ਆ? ਮੇਰਾ ਨਾਮ ਕੁਲਭੂਸ਼ਣ ਸੋਂਦੀ ਹੈ। ਲਗਾਤਾਰ ਇਸ ਰੋਡ ਦੇ ਉੱਤੇ ਰੋਜ਼ ਗੇੜਾ ਲੱਗੇ? ਹਾਂ ਤਕਰੀਬਨ ਰੋਜ਼। ਸਰ ਚਲਾਨ ਵੀ ਕੱਟੇ ਅੱਜ ਕੋਈ? ਨਹੀਂ ਚਲਾਨ ਨਹੀਂ ਕੱਟੇ, ਅੱਜ ਸਿਰਫ ਵਾਰਨਿੰਗ ਦਿੱਤੀ। ਠੀਕ।